ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਕਸਬਾ ਛਾਪਰ ਜਾਜਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡ ਸਮਾਰੋਹ ਕਰਾਇਆ ਗਿਆ, ਜਿਸ ਵਿੱਚ ਪਲੱਸ ਟੂ ਅਤੇ ਪਲੱਸ ਟੂ ਦੀਆਂ ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਸਾਈਕਲ ਵੰਡੇ ਗਏ, ਜਿਸ ਵਿੱਚ ਮੈਡਮ ਮਿਸਿਜ਼ ਰੰਧਾਵਾ ਜਤਿੰਦਰ ਕੌਰ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਆਗਾਜ਼ ਪ੍ਰਿੰਸੀਪਲ ਵਰਿੰਦਰ ਸਿੰਘ ਕਾਹਲੋਂ ਅਤੇ ਇਸ ਪਿੰਡ ਦੇ ਸਰਪੰਚ ਮੱਖਣ ਸਿੰਘ ਨੇ ਕੀਤਾ। ਇਸ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਲੋਕਾਂ ਨੂੰ ਗਾਣਿਆਂ ਵਿੱਚ ਸੰਦੇਸ਼ ਦਿੱਤਾ ਗਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਨਸ਼ੇ ਛੱਡੋ ਕੋਹੜ ਛੱਡੋ ਬਾਰੇ ਜਾਣੂ ਕਰਵਾਇਆ ਗਿਆ। ਇਸ 'ਚ ਪ੍ਰਿੰਸੀਪਲ ਵਰਿੰਦਰ ਸਿੰਘ ਕਾਹਲੋਂ ਨੇ ਬੋਲਦਿਆਂ ਕਿਹਾ ਕਿ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਪਾਓ, ਸਾਡੇ ਸਕੂਲ ਦਾ ਰਿਜ਼ਲਟ 90% ਆਉਂਦਾ ਹੈ, ਸਾਡੇ ਸਕੂਲ ਦੇ ਬੱਚੇ ਖੇਡਾਂ ਅਤੇ ਹੋਰ ਖੇਤਰਾਂ ਵਿੱਚ ਅਵਲ ਆਉਂਦੇ ਹਨ। ਇਸ 'ਚ ਪ੍ਰਿੰਸੀਪਲ ਅਤੇ ਸਰਪੰਚ ਮੱਖਣ ਸਿੰਘ ਨੇ ਮੈਡਮ ਰੰਧਾਵਾ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਸਕੂਲ ਦੀ ਘਾਟ ਬਾਰੇ ਦੱਸਿਆ ਗਿਆ। ਇਸ ਮੌਕੇ ਮੈਡਮ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਅਸੀਂ ਸਕੂਲ ਅਤੇ ਇਸ ਪਿੰਡ ਦੀ ਹਰ ਜ਼ਰੂਰਤ ਨੂੰ ਪੂਰਾ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਅਤੇ ਤੁਸੀਂ ਵਿਕਾਸ ਪੱਖੋਂ ਕਮੀ ਨਾ ਆਉਣ ਦਿਓ। ਇੱਥੇ ਆਏ ਹੋਏ ਮਹਿਮਾਨਾਂ ਨੂੰ ਸਕੂਲ ਦੇ ਸਟਾਫ ਵੱਲੋਂ ਯਾਦਗਾਰੀ ਚਿੰਨ੍ਹ ਪੇਂਟ ਕੀਤੇ ਗਏ ਅਤੇ ਨਗਰ ਵਾਸੀਆਂ ਨੂੰ ਲੰਗਰ ਵੀ ਛਕਾਇਆ ਗਿਆ। ਸਟਾਫ ਮੈਂਬਰ, ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ, ਸਤਿਕਾਰਯੋਗ ਸਾਰੇ ਵਰਕਰ ਸਾਹਿਬਾਨ ਤੇ ਮੇਰੇ ਬਹੁਤ ਹੀ ਪਿਆਰੇ ਬੱਚੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਮਾਈ ਭਾਗੋ ਸਕੀਮ ਦੇ ਤਹਿਤ ਇਕੱਠੇ ਹੋਏ ਹਾਂ, ਪਲੱਸ ਟੂ ਦੇ ਸਟੂਡੈਂਟਸ ਨੂੰ, ਗਰਲਸ ਨੂੰ ਸਾਈਕਲ ਦੇਣ ਦੀ ਜਿਹੜੀ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ, ਉਹਦੇ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ। ਸੋ ਮੈਡਮ ਜਿਹੜੇ ਇੱਥੇ ਪਰਫੋਰਮ ਕਰ ਰਹੇ ਸੀਗੇ, ਸਟੇਜ ਸੈਕਟਰੀ ਸੀਗੇ, ਉਹ ਉਹਨਾਂ ਨੇ ਬਹੁਤ ਹੀ ਅੱਛਾ, ਉਹਨਾਂ 'ਚ ਕੌਨਫੀਡੈਂਸ ਹੈ, ਬਾਹਰੋਂ ਆਏ ਨੇ, ਆਈ ਐਪਰੀਸ਼ੀਏਟ ਹਰ, ਦਿਸ ਇਜ਼ ਆਲ ਬਿਕੋਜ਼ ਆਫ ਹਰ ਐਂਡ ਪ੍ਰਿੰਸੀਪਲ, ਕਿ ਉਹ ਬਹੁਤ ਜ਼ਿਆਦਾ ਕੋਪਰੇਟ ਕਰ ਰਹੇ ਨੇ ਬੱਚਿਆਂ ਦੇ ਨਾਲ। ਸੋ ਅਸੀਂ ਵੀ ਸਾਰੇ ਗਵਰਨਮੈਂਟ ਸਕੂਲਸ ਵਿੱਚੋਂ ਪੜ੍ਹੇ ਹੋਏ ਹਾਂ, ਔਰ ਮੈਂ ਤੁਹਾਡੇ ਵਿੱਚ ਵੀ ਪੋਟੈਂਸ਼ੀਅਲ ਹੈਗਾ, ਤੁਹਾਡੇ ਟੀਚਰਸ ਵੈਲ ਕੁਆਲੀਫਾਈਡ ਨੇ, ਉਹ ਤੁਹਾਨੂੰ ਬਹੁਤ ਕੁਛ ਦੇ ਸਕਦੇ ਨੇ, ਤੁਸੀਂ ਆਪਣਾ ਮਨ ਬਣਾਓ, ਆਪਣੇ ਪੇਰੈਂਟਸ ਨੂੰ ਵੀ ਇਹ ਸਮਝਾਓ। ਅਸ਼ਕ ਰਾਜ ਮਹਲਾ, ਦਿਵਿਆ ਪੰਜਾਬ ਟੀਵੀ, ਛਾਪਰ ਜਾਜਨ।